ਬਹੁਤ ਅੱਛਾ ਰਿਸਪੋਂਸ ਹੈ ਜੀ। ਵਿਧਾਨ ਸਭਾ ਨਾਭਾ ਪਿੰਡ ਪਿੰਡ ਜਾ ਰਹੀ ਹਾਂ, ਸ਼ਾਮ ਨੂੰ ਸ਼ਹਿਰ ਦੇ ਵਿੱਚ ਹੁੰਦੇ ਹਾਂ ਅਤੇ ਹੁਣ ਵੀ ਇਸ ਤੋਂ ਪਹਿਲਾਂ ਲੌਰਾਂ ਖੁਰਦ, ਹੁਣ ਜਿਹੜਾ ਜੀ ਭੋਜੋ ਮਾਜਰੀ ਦੇ ਵਿੱਚ ਹਾਂ ਅਤੇ ਬੜਾ ਅੱਛਾ ਰਿਸਪੋਂਸ ਹੈ ਜੀ। ਗਰਮੀ ਦਾ ਅਸਰ ਥੋੜ੍ਹਾ ਜਿਹਾ ਜ਼ਿਆਦਾ ਦਿਖ ਰਿਹਾ ਜੀ, ਕਿਉਂਕਿ 45-46 ਡਿਗਰੀ ਦਾ ਟੈਂਪਰੇਚਰ ਹੈ, ਬਜ਼ੁਰਗ ਜਿਹੜਾ ਘਰ ਤੋਂ ਬਾਹਰ ਨਹੀਂ ਆਉਂਦਾ, ਪਰ ਸ਼ਾਮ ਨੂੰ ਰਾਤ ਨੂੰ ਇਕੱਠ ਕਾਫੀ ਹੋ ਰਿਹਾ ਜੀ। ਔਰ ਦਿਨੇ ਜਿਹੜੇ ਨੌਜਵਾਨ ਨੇ ਉਹ ਤਾਂ ਆ ਜਾਂਦੇ ਨੇ ਜੀ, ਬਜ਼ੁਰਗਾਂ ਲਈ ਥੋੜ੍ਹਾ ਜਿਹਾ ਔਖਾ, ਪਰ ਅਸੀਂ ਉਸ ਹਿਸਾਬ ਨਾਲ ਹੀ ਕੰਪੇਨ ਕਰ ਰਹੇ ਹਾਂ। ਬਹੁਤ ਅੱਛਾ ਰਿਸਪੋਂਸ ਹੈ ਜੀ। ਔਰ ਲੋਕ ਸਭਾ ਪਟਿਆਲਾ ਤੋਂ ਡਾਕਟਰ ਬਲਵੀਰ ਸਿੰਘ ਜਿਹੜੇ ਉਮੀਦਵਾਰ ਨੇ ਆਮ ਆਦਮੀ ਪਾਰਟੀ ਤੋਂ, ਜਿਹੜੇ ਮੌਜੂਦਾ ਸਿਹਤ ਮੰਤਰੀ ਨੇ, ਉਹਨਾਂ ਦਾ ਕੰਮ ਵੀ ਜਿਹੜਾ ਆਮ ਆਦਮੀ ਕਲੀਨਿਕ 800 ਤੋਂ ਉੱਪਰ ਖੋਲ੍ਹਣਾ, ਰਜਿੰਦਰਾ ਹੋਸਪਿਟਲ ਨੂੰ ਹਾਈਟੈਕ ਕਰ ਦੇਣਾ, ਕੌਸ਼ਲਿਆ ਹੋਸਪਿਟਲ ਬਹੁਤ ਸ਼ਾਨਦਾਰ ਕਰਤਾ, ਨਾਭੇ ਦਾ ਜੱਚਾ ਬੱਚਾ ਸੈਂਟਰ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਪਲੱਸ ਨੇ। ਔਰ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ 3 ਸਾਲ ਪਏ ਨੇ ਸਰਕਾਰ ਦੇ, ਔਰ ਜਿਹੜਾ ਪੰਜਾਬ ਦੇ ਪਿੰਡਾਂ ਦਾ ਕੰਮ ਆ, ਸ਼ਹਿਰਾਂ ਦਾ ਕੰਮ ਹੈ, ਨਗਰ ਕੌਂਸਲ ਦੇ, ਕਾਰਪੋਰੇਸ਼ਨ ਦੇ ਕੰਮ ਨੇ, ਨਗਰ ਪੰਚਾਇਤਾਂ ਦੇ ਨੇ, ਉਹ ਕੰਮ ਤਾਂ ਸਾਰੇ ਪੰਜਾਬ ਸਰਕਾਰ ਨੇ ਕਰਨੇ, ਪਰ ਸਰਕਾਰ ਦਾ ਹਜੇ 3 ਸਾਲ ਦਾ ਸਮਾਂ ਪਿਆ ਜੀ। ਅਤੇ ਕੋਈ ਵੀ ਨਹੀਂ ਚਾਹੁੰਦਾ ਕਿ ਅਸੀਂ 3 ਸਾਲ ਖਾਮ ਖਾ ਆਪਾਂ ਵੇਸਟ ਕਰੀਏ। 3 ਸਾਲਾਂ ਦੇ ਵਿੱਚ ਬਹੁਤ ਸਾਰੀ ਡਿਵੈਲਪਮੈਂਟ ਹੋ ਜਾਂਦੀ ਹੈ, ਜਿਵੇਂ 2 ਸਾਲਾਂ 'ਚ ਭਗਵੰਤ ਮਾਨ ਸਰਕਾਰ ਨੇ ਬਹੁਤ ਕਾਬਲੇ ਤਾਰੀਫ ਕੰਮ ਕੀਤੇ ਹੈ, ਅਤੇ 3 ਸਾਲਾਂ ਦੇ ਵਿੱਚ ਜਿਹੜੇ ਬਾਕੀ ਕੰਮ ਨੇ, ਜਿਵੇਂ 1000 ਰੁਪਇਆ ਪੈਨਸ਼ਨ ਦੀ ਗੱਲ ਹੋ ਗਈ, 1500 ਪੈਨਸ਼ਨ ਕਰਨ ਵਾਲੀ ਗੱਲ ਹੋ ਗਈ ਹੈ, ਅਤੇ ਉਸ ਤੋਂ ਇਲਾਵਾ ਜਿਹੜਾ ਨੌਕਰੀਆਂ ਹੋਰ ਦੇਣੀਆਂ ਨੇ, ਕਿਸਾਨਾਂ ਦੇ ਖੇਤਾਂ ਤੱਕ ਪਾਣੀ ਮੁਕੰਮਲ ਤੌਰ 'ਤੇ ਨਹਿਰੀ ਪਾਣੀ ਪਹੁੰਚਾਉਣਾ। ਕਿਸਾਨ ਬਹੁਤ ਖੁਸ਼ ਹੈ ਜੀ। ਕਿਸਾਨ ਕਹਿੰਦਾ ਜੀ ਮੈਂ ਅੱਗੇ ਰਾਤ ਨੂੰ ਜਾਗਦਾ ਸੀ, ਸਾਰੀ ਰਾਤ ਜਾਗ ਕੇ ਪਾਣੀ ਭਰਦੇ ਸੀ, ਪਰ ਦਿਨੇ ਲਾਈਟ ਨਹੀਂ ਸੀ ਆਉਂਦੀ, ਹੁਣ ਰਾਤ ਨੂੰ ਵੀ ਲਾਈਟ ਆਉਂਦੀ ਹੈ, ਦਿਨੇ ਵੀ ਲਾਈਟ ਆਉਂਦੀ ਹੈ ਜੀ। ਕਿਸਾਨ ਬਹੁਤ ਖੁਸ਼ ਨੇ ਜੀ, ਨਹਿਰੀ ਪਾਣੀ ਜਿਹੜਾ ਖੇਤਾਂ ਤੱਕ ਪਹੁੰਚ ਰਿਹਾ, ਜਿਹੜਾ ਰਹਿ ਗਿਆ ਉਹ ਬਿਲਕੁਲ ਪਹੁੰਚੇਗਾ। ਅਤੇ ਜਿਹੜੇ ਮਨਰੇਗਾ ਦਾ ਸਿਸਟਮ ਕਾਫੀ ਡਾਮਾਡੋਲ ਹੈ ਜੀ ਪੂਰੇ ਪੰਜਾਬ ਦੇ ਵਿੱਚ ਹੀ, ਉਹਦੀ ਮੋਨੀਟਰਿੰਗ ਕਰਨ ਦੀ ਜ਼ਰੂਰਤ ਹੈ ਕਿ 100 ਦਿਨ ਮਨਰੇਗਾ ਦਾ ਕੰਮ ਹਰੇਕ ਮਨਰੇਗਾ ਵਰਕਰ ਨੂੰ ਮਿਲੇ। ਔਰ ਕੁਛ ਕੁ ਖਾਮ ਖਾ ਲੀਡਰ ਜਿਹੜੇ ਆ, ਉਹਨਾਂ ਨੂੰ ਮਿਸਗਾਈਡ ਕਰਦੇ ਆ, ਉਹ ਕੇਂਦਰ ਸਰਕਾਰ ਨੂੰ ਵੀ ਗਾਲਾਂ ਕੱਢਦੇ ਆ, ਪੰਜਾਬ ਸਰਕਾਰ ਨੂੰ ਵੀ ਗਾਲਾਂ ਕੱਢਦੇ, ਔਰ ਆਪਣੀ ਉਸ ਆੜ ਦੇ ਵਿੱਚੋਂ ਪੈਸੇ ਵੀ ਇਕੱਠੇ ਕਰਦੇ ਆ ਜੀ। ਉਹਨਾਂ 'ਤੇ ਇੱਕ ਸਖਤ ਕਾਰਵਾਈ ਕਰਾਂਗੇ ਜੀ। ਇਸ ਤੋਂ ਬਾਅਦ ਇਲੈਕਸ਼ਨ ਤੋਂ ਬਾਅਦ ਲਿਖਤੀ ਰੂਪ 'ਚ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰਾਂਗੇ ਕਿ ਇਹੋ ਜਿਹੜੇ ਅਨਸਰ ਨੇ ਜਿਹੜੇ ਸਰਕਾਰ ਦੀਆਂ ਪਾਲਿਸੀਆਂ ਦੀ ਆੜ ਦੇ ਵਿੱਚ ਗਰੀਬ ਲੋਕਾਂ ਨੂੰ ਬੇਵਕੂਫ ਬਣਾ ਕੇ ਪੈਸੇ ਇਕੱਠੇ ਕਰਦੇ, ਉਹਨਾਂ 'ਤੇ ਸਖਤ ਤੋਂ ਸਖਤ ਕਾਰਵਾਈ ਹੋਵੇ। ਲੋਕਾਂ ਦੀ ਜਿਹੜੀ ਸਭ ਤੋਂ ਵੱਡੀ ਡਿਮਾਂਡ ਹੈ ਜੀ ਲੇਡੀਜ਼ ਦੀ, ਤਾਂ ਹੈਗੀ ਹੈ ਜੀ ਕਿ 1000 ਰੁਪਈਆ, ਅਤੇ ਉਹ ਮੁੱਖ ਮੰਤਰੀ ਸਾਹਿਬ ਨੇ ਕਹਿ ਦਿੱਤਾ ਕਿ ਜੀ ਅਸੀਂ ਜਿਵੇਂ ਬਿਜਲੀ ਦੇ ਵਿੱਚੋਂ ਪੈਸੇ ਬਚ ਰਹੇ ਆ, ਬਹੁਤ ਜਲਦੀ ਇਹ ਮੰਗ ਪੂਰੀ ਕਰਾਂਗੇ। ਔਰ ਜਿਹੜਾ 600 ਯੂਨਿਟ ਬਿਜਲੀ ਵਾਲੀ ਗੱਲ ਹੈ ਜੀ, ਇਹਦਾ ਬਹੁਤ ਅਸਰ ਹੈ ਜੀ। ਹਰੇਕ ਦੇ ਬਿੱਲ 0 ਆਉਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਮਤਲਬ ਵੱਡੀ ਗੱਲ ਹੈ ਪੂਰੇ ਪੰਜਾਬ ਲਈ। ਤਕਰੀਬਨ 3 ਕਰੋੜ ਦੀ ਆਬਾਦੀ, ਔਰ 3 ਕਰੋੜ ਦੀ ਆਬਾਦੀ ਦੇ ਵਿੱਚੋਂ 70-80% ਲੋਕਾਂ ਦੇ ਬਿੱਲ 0 ਆਉਣੇ ਆਪਣੇ ਆਪ 'ਚ ਬਹੁਤ। ਕਿਸਾਨ ਦਾ ਘਰ ਦਾ ਬਿੱਲ ਵੀ ਮਾਫ਼ ਹੈ ਜੀ, ਖੇਤ ਦਾ ਬਿੱਲ ਵੀ ਮਾਫ਼ ਹੈ, ਔਰ ਖੇਤਾਂ ਦੇ ਵਿੱਚ ਬਿਜਲੀ ਵੀ ਪੂਰੀ ਆ ਰਹੀ ਹੈ, ਨਹਿਰ ਦਾ ਪਾਣੀ ਕਿਸਾਨ ਬਹੁਤ ਖੁਸ਼ ਹੈ ਜੀ। ਗਰੀਬਾਂ ਨੂੰ ਜਿਹੜਾ ਬੈਨੀਫਿਟ ਹੈ ਜੀ, ਜਿਵੇਂ ਕੱਚੇ ਘਰ ਹੋ ਗਏ, 5 ਮਿਲ ਦਾ ਪਲਾਟ ਹੋ ਗਿਆ, ਇਹਦੇ ਵਿੱਚ ਮਿਸਮੈਨੇਜ ਬਹੁਤ ਹੈ। ਪਿਛਲੀਆਂ ਸਰਕਾਰਾਂ ਨੇ ਮੌਕੇ 'ਤੇ ਆ ਕੇ ਜਿਵੇਂ ਸਰਟੀਫਿਕੇਟ ਵੰਡ ਤੋਂ ਬਾਅਦ ਦਿੱਤੇ ਨੇ, ਜਾਂ 50 ਲੋਕ ਨੇ ਉਹ 10 ਨੂੰ ਦੇ ਦਿੱਤੇ, ਜਿਹੜੇ 74 ਨੇ ਬਾਕੀਆਂ ਨੂੰ ਛੱਡਤਾ। ਹੁਣ ਅਸੀਂ ਪੂਰੀ ਮੋਨੀਟਰਿੰਗ ਕਰਕੇ ਕੱਚੇ ਘਰਾਂ ਦੇ 5-5 ਮਿਲ ਦਾ ਪਲਾਟ, ਜਿਹੜੇ ਉੱਦਾਂ ਕੋਈ ਬਾਲਿਆਂ ਵਾਲੇ ਘਰ ਨੇ, ਉਹਦੇ ਬੈਨੀਫਿਟਸ, ਔਰ ਅਸੀਂ ਗਰੀਬ ਜਿਹੜੇ ਜਿੱਥੇ ਆਬਾਦੀ ਆ ਉੱਥੇ ਕੋਈ ਧਰਮਸ਼ਾਲਾ ਜਾਂ ਛੋਟਾ ਬਰਾਤ ਘਰ ਜਿੱਥੇ ਗਰੀਬ ਆਪਣੇ ਬੱਚੀ ਦਾ ਵਿਆਹ ਕਰ ਸਕਣ, ਇਹ ਚੀਜ਼ ਦੀ ਡਿਮਾਂਡ ਹੈ ਜੀ, ਉਹ ਅਸੀਂ ਉੱਤੇ ਕੰਸਲਟ੍ਰੇਟ ਕਰ ਰਹੇ ਹਾਂ। ਕੁੱਲ ਮਿਲਾ ਕੇ ਜਿਹੜਾ ਰਿਪੋਰਟ ਕਾਰਡ ਹੈ ਜੀ ਭਗਵੰਤ ਮਾਨ ਸਰਕਾਰ ਦਾ, ਉਹ ਇਹ ਹੈ ਕਿ ਨਾਭਾ ਵਿਧਾਨ ਸਭਾ ਦੇ ਲੋਕ ਭਗਵੰਤ ਮਾਨ ਸਾਹਿਬ ਦੇ ਕੰਮਾਂ ਤੋਂ ਖੁਸ਼ ਨੇ, ਔਰ ਕਹਿ ਰਹੇ ਕਿ ਅਸੀਂ ਵੋਟ ਝਾੜਨ ਪਾਵਾਂਗੇ। ਮੁੱਖ ਮੰਤਰੀ ਵੱਲੋਂ ਕਿੱਕਲੀ ਪੈ ਗਈ, ਉਹ ਤੋਂ ਬਾਅਦ ਅਕਾਲੀ ਕਾਫੀ ਖਫਾ ਨੇ, ਕਿਸ ਤਰ੍ਹਾਂ ਦੇਖਦੇ ਹੁਣ? ਦੇਖੋ ਮੁੱਖ ਮੰਤਰੀ ਸਾਹਿਬ ਆਰਟਿਸਟ ਰਹੇ ਆ ਜੀ, ਉਹਨਾਂ ਨੂੰ ਇਹ ਵੀ ਗੋਡ ਗਿਫਟਡ ਹੁੰਦਾ ਜੀ, ਹਰੇਕ ਥੋੜ੍ਹਾ ਕਿੱਕਲੀ ਪਾ ਸਕਦਾ, ਜਿਹੜੀ ਕਿੱਕਲੀ ਭਗਵੰਤ ਮਾਨ ਹੋਰੀ ਪਾ ਸਕਦੇ ਨੇ ਸਾਡੇ ਭਰਾ, ਉਹ ਕਿਸੇ ਹੋਰ ਤੋਂ ਥੋੜ੍ਹਾ ਪੈਂਦੀ ਹੈ ਜੀ। ਉਹਨਾਂ ਦੀ ਕਿੱਕਲੀ ਨੇ ਤਾਂ ਅੱਗੇ ਸਾਰੇ ਵਿਹਲੇ ਕਰਤੇ ਜੀ, ਆਹ ਕਿੱਕਲੀ ਨਾਲ ਅਕਾਲੀ ਦਲ ਜਮ੍ਹਾਂ ਹੀ ਖਤਮ ਹੋ ਜਾਣਾ ਜੀ। ਅਕਾਲੀ ਦਲ ਤਾਂ ਬੇਸਿਕਲੀ ਆਖਰੀ ਸਾਹਾਂ 'ਤੇ ਆ ਜੀ,
ਅਕਾਲੀ ਦਲ ਲੀਡਰਲੈਸ ਹੋ ਗਿਆ। ਅਕਾਲੀ ਦਲ ਨੇ ਕੀ ਕੀਤਾ ਜੀ ਕਿ ਜਿਹੜਾ ਯੂਥ ਆ ਨਵਾਂ ਉਹਦੇ 'ਤੇ ਕੰਸਲਟੇਟ ਨਹੀਂ ਕੀਤਾ ਜੀ, ਉਹਨਾਂ ਨੂੰ ਮੌਕੇ ਨਹੀਂ ਦਿੱਤੇ। ਜਿਹੜੇ ਪੁਰਾਣੇ ਕੁਛ ਚੌਧਰੀ ਸੀਗੇ ਉਹਨਾਂ ਨੂੰ ਵੀ ਮੂਹਰੇ ਰੱਖਿਆ ਜੀ, ਅਤੇ ਉਹਨਾਂ ਦੀ ਕਮੀ ਇਹ ਰਹੀ ਕਿ ਉਹਨਾਂ ਨੇ ਆਪਣੇ ਬਾਰੇ ਸੋਚਿਆ, ਉਹਨਾਂ ਨੇ ਲੋਕਾਂ ਬਾਰੇ ਸੋਚਿਆ ਨਹੀਂ, ਅਤੇ ਉਹਦਾ ਬਹੁਤ ਮਾਈਨਸ ਜਿਹੜਾ ਜਾ ਰਿਹਾ ਜੀ ਅਕਾਲੀ ਦਲ ਦਾ। ਕਾਂਗਰਸ ਜਿਹੜੀ ਆ ਲੀਡਰਲੈਸ ਆ, ਕਾਂਗਰਸ ਦੇ ਬਹੁਤ ਸਾਰੇ ਲੀਡਰ ਬੀਜੇਪੀ ਚਲੇ ਗਏ, ਬਹੁਤ ਸਾਰੇ ਲੀਡਰ ਆਮ ਆਦਮੀ ਪਾਰਟੀ ਦੇ ਵਿੱਚ ਆ ਗਏ, ਕਾਂਗਰਸ ਖਿਲਰ ਗਈ ਹੈ ਜੀ ਕਾਂਗਰਸ ਦੇ। ਹੁਣ ਪਟਿਆਲਾ ਲੋਕ ਸਭਾ ਤੋਂ ਕਾਂਗਰਸ ਨੂੰ ਕੋਈ ਕੈਂਡੀਡੇਟ ਹੀ ਨਹੀਂ ਲੱਭਿਆ ਜੀ, ਉਹ ਲੈ ਦੇ ਕੇ ਫਿਰ ਆਮ ਪਾਰਟੀ ਜਿੱਤੇ, ਧਰਮਵੀਰ ਗਾਂਧੀ ਉਹਨਾਂ ਨੂੰ ਜਾ ਕੇ ਪੈਰ ਫੜੇ ਕੇ ਜੀ ਸਾਡੀ ਇੱਜ਼ਤ ਦਾ ਸਵਾਲ ਆ, ਤੁਸੀਂ ਇਲੈਕਸ਼ਨ ਲੜੋ। ਤੁਸੀਂ ਨਾਭਾ 'ਚ ਦੇਖੋ ਬੱਸ ਸਟੈਂਡ ਅਸੀਂ ਬਣਾਏ ਨੇ ਜੀ, ਤੁਸੀਂ ਨਾਭਾ ਦੇਖੋ ਨਾਭਾ ਡੰਪ ਮੁਕਤ ਕਰਤਾ, ਨਾਭੇ ਤੁਹਾਨੂੰ ਕੂੜਾ ਕਿਤੇ ਨਜ਼ਰ ਨਹੀਂ ਆਉਂਦਾ। ਔਰ ਇਹੀ ਕੰਸੈਪਟ ਅਸੀਂ ਪਿੰਡਾਂ 'ਚ ਆਉਂਦੇ ਹਾਂ ਕਿ ਸਵੱਛ ਅਭਿਆਨ ਭਾਰਤ ਦੇ ਤਹਿਤ ਇਹ ਜਿਹੜਾ ਕੰਸੈਪਟ ਹੈ, ਅਗਰ ਪਿੰਡ ਅਸੀਂ ਸਾਫ਼ ਕਰ ਲੈਣਾ ਜੀ, ਮੇਰਾ ਖਿਆਲ ਹੈ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਪ੍ਰਪੋਜ਼ਲ ਬਣਾ ਕੇ ਭੇਜੇ, ਦੋ ਦੋ ਤਿੰਨ ਤਿੰਨ ਕਰੋੜ ਤਾਂ ਵੈਸੇ ਆ ਜਾਵੇ ਇੱਕ ਇੱਕ ਪਿੰਡ ਨੂੰ ਜੀ, ਦੇਖੋ ਕਿੰਨੇ ਕੰਮ ਆਪਣੇ ਕੋਲ ਇੰਨਾ ਪੈਸਾ ਆ ਜਾਣਾ ਜੀ ਕਿ ਕੰਮ ਮਹੀਨੇ ਬਚਣੇ ਜੀ। ਅਤੇ ਉਹਨੂੰ ਸਿਰਫ ਇਹ ਗੱਲ ਸਮਝਣ ਦੀ ਜ਼ਰੂਰਤ ਹੈ ਕਿ ਕਰੂਗਾ ਕੌਣ, ਕਰੂਗਾ ਉਹੀ ਜਿਹਦੀ ਵਿਲ ਪਾਵਰ ਸਟਰੋਂਗ ਹੈ ਜੀ, ਜਿਹੜਾ ਲੀਡਰ ਕਾਬਲੀਅਤ ਰੱਖਦਾ, ਜਿਹਦੇ ਅੰਦਰ ਇਮਾਨਦਾਰੀ ਹੈ, ਜਿਹਦੇ ਅੰਦਰ ਜਜ਼ਬਾ ਕਿ ਮੈਂ ਇਹ ਕੰਮ ਕਰਨੇ ਆ। ਜਿਹੜਾ ਕੁਰਸੀ ਦਾ ਭੁੱਖਾ ਜੀ, ਜਿਵੇਂ ਪਰਨੀਤ ਕੌਰ ਜੀ ਪਹਿਲਾਂ ਕਾਂਗਰਸ ਸੀਗੇ ਹੁਣ ਬੀਜੇਪੀ ਜਾ ਰਹੇ, ਜਿਹਦਾ ਮਤਲਬ ਕੁਰਸੀ ਪਿਆਰੀ ਨਾ ਉਹਨਾਂ ਲੋਕਾਂ ਦੀ, ਤਾਂ ਉਹਨਾਂ ਦੀ ਕੋਈ ਹੈ ਨਹੀਂ ਵੀ ਮੈਂ ਪਹਿਲਾਂ ਕਾਂਗਰਸ 'ਚ ਰਹੀ ਹਾਂ, ਅਤੇ ਧਰਮਵੀਰ ਗਾਂਧੀ ਉਹਦੀ ਤਿੰਨ ਚਾਰ ਪਾਰਟੀਆਂ ਬਦਲ ਕੇ ਹੁਣ ਕਾਂਗਰਸ 'ਚ ਜਾ ਵੜੇ ਜੀ। ਪਰ ਉਹਨਾਂ ਨੂੰ ਕਿਸੇ ਦੀ ਇੱਜ਼ਤ ਦਾ ਨਹੀਂ ਹੈ, ਉਹਨਾਂ ਨੂੰ ਆਪਣੀ ਕੁਰਸੀ ਦਾ ਹੈ ਜੀ, ਆਪਣੀ ਕੁਰਸੀ ਬਚਾਉਣ ਲੱਗੇ ਹੋਏ ਨੇ। ਸੋ ਕੁਰਸੀ ਬਚਾਉਣ ਵਾਲੇ ਲੀਡਰ ਜਿਹੜੇ ਆ ਉਹ ਸਮਾਜ ਲਈ ਕਦੇ ਵੀ ਬੈਨੀਫਿਟ ਨਹੀਂ ਹੁੰਦੇ, ਉਹ ਸਿਰਫ ਉਹਨਾਂ ਦਾ ਆਪਣਾ ਝਾਸ ਹੈ ਜੀ ਕਿ ਉਹਨਾਂ ਨੂੰ ਨਸ਼ਾ ਇਸ ਚੀਜ਼ ਦਾ ਕਿ ਅਸੀਂ ਬਸ ਤਾਕਤ ਦੇ ਵਿੱਚ ਰਹੀਏ। ਅਸੀਂ ਪਹਿਲੀ ਵਾਰ ਜਿੱਤੇ ਹਾਂ, ਮੈਂ ਬਤੌਰ MLA ਪਹਿਲੀ ਵਾਰ, ਮੈਨੂੰ ਚਾਹ ਜੀ ਕਿ ਮੈਂ ਕੰਮ ਕਰਾਂ, ਮੈਂ ਹਰੇਕ ਬਜ਼ੁਰਗ ਦੇ ਪੈਰੀਆਂ ਥਲਾਉਣਾ, ਬੇਬੇ ਦੇ ਪੈਰੀਆਂ ਥਲਾਉਣਾ, ਬੇਬੇ ਕੰਮ ਦੱਸੋ ਕੀ ਹੈ, ਉਹ ਚਾਹ ਨਾ ਕਰੀਦਾ ਔਰ એનર્ਜੀ ਨਾਲ ਕਰੀਦਾ, ਜਨੂਨ ਅੰਦਰ ਕੇ ਇਹ ਕੰਮ ਕਰਨਾ, ਕੱਚੇ ਘਰਾਂ ਦੇ ਪੈਸੇ, ਮਨਰੇਗਾ ਠੀਕ ਕਰਨਾ, ਸੜਕਾਂ ਠੀਕ ਕਰਨੀਆਂ ਨੇ, ਸਕੂਲ ਠੀਕ ਕਰਨੇ, ਹਸਪਤਾਲ ਠੀਕ ਕਰਨੇ ਨੇ, ਉਹ ਸਾਰੇ ਜੋਸ਼ ਨਾਲ ਕਰ ਰਹੇ ਹਾਂ। ਇਲੈਕਸ਼ਨ ਹੋਈ ਆ ਬੀਜੇਪੀ EVM 'ਤੇ ਕਾਫੀ ਜਿਹੜਾ ਹੈਗਾ ਕਿੰਤੂ ਪ੍ਰੰਤ, ਤੁਸੀਂ ਕਿਸ ਤਰ੍ਹਾਂ ਦੇਖਦੇ? ਦੇਖੋ ਪੂਰਾ ਦੇਸ਼ ਇਸ ਚੀਜ਼ ਤੋਂ ਖਸੇ ਦੇ ਵਿੱਚ ਹੈ ਕਿ ਵੈਸੇ ਤਾਂ ਬੀਜੇਪੀ ਦੀ ਸਰਕਾਰ ਨਹੀਂ ਆ ਰਹੀ ਜੀ, ਜਿਹੜਾ ਇੰਟੈਲੀਜੈਂਸ ਦੀਆਂ ਰਿਪੋਰਟਾਂ ਨੇ, ਇੰਡੀਆ ਗੱਠਜੋੜ ਜਿਹੜਾ ਸੈਂਟਰ ਦੇ ਵਿੱਚ ਸਰਕਾਰ ਬਣਾ ਰਿਹਾ, ਉਹਦੇ ਵਿੱਚ ਆਮ ਪਾਰਟੀ ਦੀ ਬੜੀ ਅਹਿਮ ਭੂਮਿਕਾ ਹੋਣੀ ਹੈ। ਅਤੇ EVM ਜਿਹੜੀ ਹੈ ਜੀ, EVM ਦੇ ਵਿੱਚ ਗੜਬੜ ਦਾ ਖਸਾ ਦੱਸਿਆ ਜਾ ਰਿਹਾ, ਅਗਰ ਇਹ ਹੋ ਗਿਆ ਤਾਂ ਫਿਰ ਤਾਂ ਸ਼ਾਇਦ ਬੀਜੇਪੀ ਦੀ ਸਰਕਾਰ ਆ ਜਾਵੇ ਜੀ, ਅਗਰ ਓਨੈਸਟੀ ਨਾਲ ਵੋਟ ਪਾਈਏ ਤਾਂ ਮੇਰਾ ਖਿਆਲ ਫਿਰ ਤਾਂ ਨਾਮੁਮਕਿਨ ਹੈ ਜੀ, ਫਿਰ ਨਹੀਂ BJP ਆ ਸਕਦੀ। PM ਮੋਦੀ ਸਾਹਿਬ ਆ ਰਹੇ ਨੇ ਮਹਾਰਾਣੀ ਦੇ ਪ੍ਰਚਾਰ ਕਰਨ, ਬਿਲਕੁਲ ਜੀ, ਮੋਦੀ ਸਾਹਿਬ ਪ੍ਰਾਈਮ ਮਿਨਿਸਟਰ ਨੇ, ਉਹਨਾਂ ਨੂੰ 10 ਸਾਲ ਦਾ ਮੌਕਾ ਮਿਲਿਆ ਔਰ ਅੱਛੀ ਗੱਲ ਹੈ ਜੀ, ਪ੍ਰਚਾਰ ਕਰਨਾ ਚਾਹੀਦਾ, ਆਪਣੀ ਗੱਲ ਦੱਸਣੀ ਚਾਹੀਦੀ ਹੈ। ਕੱਲ੍ਹ ਮੇਰਾ ਖਿਆਲ ਉਹ ਦੱਸ ਕੇ ਜ਼ਰੂਰ ਜਾਣ ਵੀ 15 ਲੱਖ ਕਦੋਂ ਮਿਲੂਗਾ ਜੀ, ਉਹ ਜ਼ਰੂਰ ਦੱਸਣ, ਲੋਕ ਇੰਤਜ਼ਾਰ ਕਰ ਰਹੇ ਉਸ ਗੱਲ ਦਾ ਜੀ। ਧਰਮ ਦੇ ਨਾਂ 'ਤੇ ਰਾਜਨੀਤੀ ਹੋ ਰਹੀ ਹੈ, ਕਨਈਆ ਮਿੱਤਲ ਲਗਾਤਾਰ ਮੁਸਲਮਾਨਾਂ ਅਤੇ ਇਸਾਈਆਂ 'ਤੇ ਤੰਜ ਕਸ ਰਹੇ, ਕਿਸ ਤਰ੍ਹਾਂ ਦੇਖਦੇ? ਦੇਖੋ ਕਨਈਆ ਮਿੱਤਲ ਮੇਰੇ ਮਿੱਤਰ ਨੇ ਜੀ, ਮੇਰੇ ਬੜੇ ਬੜੇ ਪਰਮ ਮਿੱਤਰ ਨੇ, ਮੇਰੇ ਭਰਾ ਨੇ, ਚਲੋ ਬਹੁਤ ਵੱਡੇ ਗਵੱਈਏ ਨੇ, ਅਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਜਿਹੜਾ ਅਧਿਆਤਮਿਕ ਹੈ ਨਾ ਪੱਖ, ਜਿਹੜਾ ਭਗਤੀ ਮਾਰਗ ਹੈ ਜੀ, ਇਹ ਬੜਾ ਸੂਖਮ ਅਤੇ ਬੜਾ ਪਵਿੱਤਰ ਹੈ ਜੀ, ਇਹਨੂੰ ਉਸੇ ਪਾਸੇ ਰੱਖਿਆ ਜਾਵੇ, ਧਰਮ ਦੇ ਵਿੱਚ ਇਹਨੂੰ ਇਨਵੋਲਵ ਨਾ ਕੀਤਾ ਜਾਵੇ ਜੀ।